ਹਾਲਾਂਕਿ ਪ੍ਰਸ਼ਾਸਨ ਦਾਅਵੇ ਤਾਂ ਬਹੁਤ ਕਰਦਾ, ਲੇਕਿਨ ਪ੍ਰਸ਼ਾਸਨ ਦੇ ਜਿਹੜੇ ਦਾਅਵੇ ਉਹ ਜ਼ਰੂਰ ਖੋਖਲੇ ਨਜ਼ਰ ਆਉਂਦੇ ਨੇ ਕਿ ਥੋੜ੍ਹੀ ਜਿਹੀ ਬਰਸਾਤ ਹੋਣ ਤੋਂ ਬਾਅਦ ਇਸ ਤਰ੍ਹਾਂ ਦੇ ਹਾਲਾਤ ਜਿਹੜੇ ਹੈ ਉਹ ਸਾਹਮਣੇ ਆਉਂਦੇ। ਹਾਲਾਂਕਿ ਫਾਇਰ ਦੀ ਗੱਡੀ ਇੱਥੇ ਮੰਗਾਉਣੀ ਪਈ ਹੈ ਕਿਉਂਕਿ ਘਰਾਂ ਦੇ ਅੰਦਰ ਪਾਣੀ ਵੜ ਚੁੱਕਿਆ। ਤਸਵੀਰਾਂ ਤੁਸੀਂ ਵੇਖੋ, ਇਹ 11 ਫੇਜ਼ ਦੀ ਤਸਵੀਰਾਂ ਨੇ, ਅੰਦਰ ਰੈਸੀਡੈਂਸ਼ੀਅਲ ਏਰੀਆ ਦੀ ਤਸਵੀਰਾਂ ਨੇ ਜਿੱਥੇ ਘਰਾਂ ਦੇ ਅੰਦਰ ਪਾਣੀ ਵੱਧ ਚੁੱਕਿਆ। ਤੇ ਹੁਣ ਲੋਕਾਂ ਦਾ, ਕਿਉਂਕਿ ਸਵੇਰ ਦਾ ਸਮਾਂ, ਕਿਸੇ ਨੇ ਕਾਲਜ ਜਾਣਾ, ਕਿਸੇ ਨੇ ਡਿਊਟੀ ਜਾਣਾ, ਕਿਸੇ ਨੇ ਸਕੂਲ ਜਾਣਾ ਬੱਚਿਆਂ ਨੇ, ਤੇ ਇਸ ਕਰਕੇ ਦਿੱਕਤਾਂ ਇੰਨੀ ਜ਼ਿਆਦਾ ਹੋ ਰਹੀ ਹੈ ਕਿ ਫਾਇਰ ਦੀ ਗੱਡੀਆਂ ਜਿਹੜੀਆਂ ਉਹ ਮੰਗਵਾਈ ਗਈ ਹੈ ਤੇ ਘਰਾਂ ਦੇ ਵਿੱਚ ਹੁਣ ਪਾਣੀ ਜਿਹੜਾ ਉਹ ਵੱਧ ਚੁੱਕਿਆ ਹੈ। ਹੁਣ ਤਸਵੀਰਾਂ ਲਗਾਤਾਰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਵੱਖ ਵੱਖ ਤਸਵੀਰਾਂ ਤੁਹਾਨੂੰ ਪੂਰਾ ਇਹ ਰੋਡ ਅੰਦਰ ਤੱਕ, ਪੂਰਾ ਜਿਹੜੀ ਕਲੋਨੀ ਦਾ ਇਹ ਪੂਰਾ ਰੋਡ ਹੈ ਉਹ ਪੂਰਾ ਵਾਟਰ ਲੋਗਿੰਗ ਤੇ, ਯਾਨੀ ਕਿ ਪੂਰਾ ਡੀਪਲੀ ਪਾਣੀ 'ਚ ਭਰਿਆ ਹੋਇਆ, ਔਰ ਇਸ ਕਰਕੇ ਫਾਇਰ ਦੀ ਜਿਹੜੀ ਗੱਡੀਆਂ ਉਹ ਮੰਗਾਉਣੀ ਪਈ। ਔਰ ਲੋਕਾਂ ਦੇ ਜਿਹੜੇ ਨੀਚੇ ਦੇ ਜਿਹੜੇ ਗਰਾਊਂਡ ਫਲੋਰ ਦੇ ਘਰ ਨੇ ਉਹਨਾਂ ਦੇ ਅੰਦਰ ਵੀ ਜਿਹੜਾ ਪਾਣੀ ਹੈ ਉਹ ਵੱਧ ਚੁੱਕਿਆ। ਤਸਵੀਰਾਂ ਅਸੀਂ ਕੋਸ਼ਿਸ਼ ਕਰ ਰਹੇ ਹਾਂ, ਗੱਲ ਵੀ ਕਰਾਂਗੇ ਜਿਹੜੇ ਲੋਕ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ, ਕਿਉਂਕਿ ਸਿਚੁਏਸ਼ਨ ਇਸ ਤਰ੍ਹਾਂ ਦੀ ਹੈ ਕਿ ਹੁਣ ਲੋਕਾਂ ਨੇ, ਕਿਸੇ ਨੇ ਆਪਣੇ ਘਰ ਦੇ ਅੰਦਰ ਜਾਣਾ ਹੈ ਜਾਂ ਫਿਰ ਸਮਾਨ ਲਾਉਣਾ ਜਾਂ ਡਿਊਟੀ ਜਾਣਾ, ਤਾਂ ਪਾਣੀ ਤੁਸੀਂ ਦੇਖੋ ਕਿ ਕਿੰਨਾ ਕਿੰਨਾ ਗੋਡੇ ਤੋਂ ਉੱਪਰ ਤੱਕ ਤਾਂ ਪਾਣੀ ਜਿਹੜਾ ਉਹ ਭਰਿਆ ਹੋਇਆ, ਜਿਸ ਕਰਕੇ ਹੁਣ ਗੱਡੀਆਂ ਮੰਗਾਈ ਗਈਆਂ, ਜਿਸ ਕਰਕੇ ਹੁਣ ਗੱਡੀਆਂ ਤੋਂ ਪਾਣੀ ਜਿਹੜਾ ਉਹ ਬਾਹਰ ਕੱਢਿਆ ਜਾ ਰਿਹਾ। ਕਈ ਲੋਕ ਵੀ ਜੁੜਨਗੇ, ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ, ਲੇਕਿਨ ਥੋੜੀ ਜਿਹੀ ਤਸਵੀਰਾਂ ਵੀ ਅਸੀਂ ਤੁਹਾਨੂੰ ਦਿਖਾ ਦਈਏ ਕਿ ਕਿਸ ਤਰ੍ਹਾਂ ਦੇ ਹਾਲਾਤ ਨੇ, ਕਿਸ ਤਰ੍ਹਾਂ ਦੀ ਸਿਚੁਏਸ਼ਨ ਹੁੰਦੀ ਹੈ ਔਰ ਥੋੜੀ ਜਿਹੀ ਬਰਸਾਤ ਕਰਕੇ ਇਸ ਤਰ੍ਹਾਂ ਦੇ ਹਾਲਾਤ ਬਣਦੇ ਆ। ਸਰ, ਕਿਉਂਕਿ ਥੋੜੀ ਜਿਹੀ ਬਰਸਾਤ ਪਈ ਔਰ ਹਾਲਾਤ ਇਸ ਤਰ੍ਹਾਂ ਦੇ ਬਣਦੇ ਹੋਏ ਨੇ, ਹਾਲਾਂਕਿ ਕਈ ਵਾਰ ਦਾਅਵੇ ਤਾਂ ਕੀਤੇ ਜਾਂਦੇ ਨੇ ਕਿ ਦਾਅਵੇ ਪ੍ਰਸ਼ਾਸਨ ਦੇ ਖੋਖਲੇ? ਦੇਖੋ ਜੀ, ਅਸੀਂ ਇੱਥੇ ਭੁਗਤ ਭੋਗੀ ਆ ਇਸ ਕੰਮ ਦੇ। ਹਰ ਵਾਰੀ ਸਾਨੂੰ ਇਹੀ ਦਿਲਾਸਾ ਦਿੱਤਾ ਜਾਂਦਾ ਵੀ ਅਸੀਂ ਕਰ ਦਾਂਗੇ ਜੀ, ਹਰ ਵਾਰੀ ਕਰ ਦਾਂਗੇ। ਪਿਛਲੇ ਵਾਰੀ ਵੀ ਅਸੀਂ ਬਹੁਤ ਪ੍ਰਸ਼ਾਸਨ ਤੇ ਦਬਾਅ ਬਣਾਇਆ, ਅੱਜ ਤੋਂ 20 ਦਿਨ ਪਹਿਲਾਂ ਅਸੀਂ ਪ੍ਰਸ਼ਾਸਨ ਤੇ ਬਹੁਤ ਦਬਾਅ ਬਣਾਇਆ, ਪਰ ਉਹਨਾਂ ਨੇ ਸਾਨੂੰ ਇਹੀ ਦਿਲਾਸਾ ਦਿੱਤਾ ਵੀ ਅੱਗੇ ਤੋਂ ਤੁਹਾਡਾ ਇਹ ਨੁਕਸਾਨ ਨਹੀਂ ਹੋਏਗਾ। ਹੁਣ ਅਸੀਂ ਦੇਖਿਆ ਵੀ ਸਾਡੀ ਸਾਰੀ 25 ਮਿੰਟ ਦੀ ਬਰਸਾਤ ਦੇ ਨਾਲ ਸਾਡੇ ਬੈੱਡ ਤੱਕ ਡੁੱਬ ਗਿਆ ਪਾਣੀ, ਇਹ ਹਾਲ ਹੋਇਆ। ਪੂਰੇ 11 ਫੇਜ਼ ਦਾ ਨਰਕ ਬਣੇ ਪਿਆ, ਪ੍ਰਸ਼ਾਸਨ ਕੋਈ ਧਿਆਨ ਹੀ ਨਹੀਂ ਦੇ ਰਿਹਾ ਇਸ ਵੱਲ। ਪ੍ਰਸ਼ਾਸਨ ਪਹਿਲਾਂ ਵੀ ਇਸ ਤਰ੍ਹਾਂ ਦਾ ਧਰਨਾ ਵਗੈਰਾ ਤੁਸੀਂ ਲਾਇਆ ਸੀ? ਸਰ, ਇਹ ਮੁੱਦਾ ਜਿਹੜਾ ਪਿਛਲੇ 30 ਸਾਲ ਤੋਂ ਚੱਲ ਰਿਹਾ ਸੀ, ਠੀਕ ਹੈ ਜੀ, ਹਰ ਸਾਲ ਪਿਛਲੇ 3 ਸਾਲ ਤੋਂ ਤਾਂ ਪਾਣੀ ਘਰਾਂ ਦੇ ਵਿੱਚ ਵੱਧ ਰਿਹਾ 1-1 ਫੁੱਟ, ਠੀਕ ਹੈ ਜੀ, ਤੇ ਅਸੀਂ ਪਿਛਲੇ 2 ਸਾਲ ਤੋਂ ਡਿਪਟੀ ਕਮਿਸ਼ਨਰ ਨੂੰ ਮਿਲ ਰਹੇ ਹਾਂ, ਠੀਕ ਹੈ ਜੀ, ਆਪਾਂ ਮੰਤਰੀ ਤੱਕ ਨੂੰ ਲੋਕਲ ਬਾਡੀ ਮੰਤਰੀ ਬਲਕਾਰ ਸਿੰਘ ਨੂੰ ਵੀ ਮਿਲਿਆ, ਠੀਕ ਹੈ ਜੀ, ਸੈਕਟਰੀ ਨੂੰ ਲੋਕਲ ਬਾਡੀ ਅਜੋਏ ਸ਼ਰਮਾ ਉਹਨੂੰ ਵੀ ਮਿਲਿਆ, ਠੀਕ ਹੈ ਜੀ, ਜਿੰਨੇ ਵੀ ਅਹੁਦੇ ਹੋ ਸਕਦੇ ਆ ਅਪਰ ਲੈਵਲ ਦੇ ਅਸੀਂ ਹਰੇਕ ਨੂੰ ਮਿਲੇ ਆ। ਕਿਸੇ ਤਰ੍ਹਾਂ ਦਾ ਕੋਈ ਹੱਲ ਜਿਹੜਾ ਹੈ ਉਹ ਨਹੀਂ ਨਿਕਲਿਆ ਹਜੇ ਤੱਕ? ਕੋਈ ਹੱਲ ਨਹੀਂ, ਹਮੇਸ਼ਾ ਹੀ ਇਹੀ ਹਾਲ ਹੁੰਦਾ ਜੀ ਇੱਥੇ ਦਾ। ਅੱਛਾ, ਹਾਂ ਜੀ, ਪਾਣੀ ਇਹੀ ਮਤਲਬ ਸੀ? ਹਾਂ ਜੀ, ਜਿਆਦਾ ਫੁੱਟਪਾਥ ਬਣਿਆ ਵਾ ਨਾ, ਇਹਦੇ ਨਾਲ ਜਿਆਦਾ ਪ੍ਰੋਬਲਮ ਆ ਗਈ, ਸਾਰਾ ਪਾਣੀ ਅੰਦਰ ਜਾਂਦਾ। ਇਸ ਤਰ੍ਹਾਂ ਦਾ ਕੋਈ ਹੱਲ ਨਹੀਂ ਕੀਤਾ ਗਿਆ? ਨਹੀਂ ਜੀ, ਕੋਈ ਹੱਲ ਨਹੀਂ ਹੋ ਰਿਹਾ ਜੀ, ਕੋਈ ਹੱਲ ਨਹੀਂ ਕੀਤਾ। ਨਹੀਂ ਜੀ, ਅਸੀਂ ਇਹਨਾਂ ਨੂੰ ਇਹ ਕਿਹਾ ਸੀਗਾ ਕਿ ਸਾਡੇ ਇੱਥੇ ਇੱਕ ਮੋਟਰ ਲੱਗੀ ਹੋਈ ਹੈ, ਟੈਂਕ ਬਣਿਆ ਹੋਇਆ, ਤੁਸੀਂ ਦੇਖ ਰਹੇ ਹੋ ਪਾਣੀ ਨਿਕਲ ਰਿਹਾ। ਅਸੀਂ ਇਹਨਾਂ ਨੂੰ ਇਹ ਕਿਹਾ ਸੀਗਾ ਕਿ ਇੰਨਾ ਮੋਟਰ ਇੱਕ ਨਹੀਂ ਚੱਕ ਸਕਦੀ, ਤੁਸੀਂ 2 ਮੋਟਰਾਂ ਵਰਕਿੰਗ ਲਗਾਓ। ਇਹਨਾਂ ਤੋਂ ਕਹਿ ਸਕਦੇ ਕਿ ਥੋੜੀ ਜਿਹੀ ਬਰਸਾਤ ਕਰਕੇ ਇੰਨਾ ਕੁ ਮਾੜਾ ਹਾਲ? ਬਹੁਤ ਮਾੜਾ ਹਾਲ ਹੈ ਜੀ, ਤੁਸੀਂ ਹਰੇਕ ਘਰ ਦੇ ਵਿੱਚ ਜਾ ਕੇ ਦੇਖ ਲਓ, ਹਰੇਕ ਦਾ ਨੁਕਸਾਨ ਹੋਇਆ ਵਾ। ਪਿਛਲੀ ਵਾਰ ਨਾ 1.5 ਫੁੱਟ ਪਾਣੀ ਚੜਿਆ, ਹਰੇਕ ਦਾ ਘੱਟੋ ਘੱਟ 50-60 ਹਜ਼ਾਰ ਦਾ ਨੁਕਸਾਨ ਹੋਇਆ, ਕੋਈ ਪੁੱਛਣ ਹੀ ਨਹੀਂ ਆਇਆ ਜੀ, ਠੀਕ ਹੈ ਜੀ, ਤੇ ਇੱਥੇ ਇਹ ਕਹਿ ਰਹੇ ਨੇ ਅਸੀਂ ਕੰਪਨਸੇਸ਼ਨ ਜਾਰੀ ਕਰਤਾ, ਕੋਈ ਪੁੱਛਣ ਹੀ ਨਹੀਂ ਆਇਆ ਤਾਂ ਕੰਪਨਸੇਸ਼ਨ ਕਿੱਥੋਂ ਜਾਰੀ ਕਰ ਰਹੇ ਆ? ਯਾਨੀ ਕਿ ਸਿਚੁਏਸ਼ਨ ਘਰਾਂ ਦੇ ਅੰਦਰ ਜਿਹੜਾ ਪਾਣੀ ਵਧਿਆ ਉਹ ਵੀ ਦਿਖਾ ਦਿੰਦੇ, ਕਿਉਂਕਿ ਜਿੱਦਾਂ ਇਹਨਾਂ ਵੱਲੋਂ ਕਿਹਾ ਗਿਆ ਕਿ ਹਾਲਾਤ ਜਿਹੜੇ ਘਰਾਂ ਦੇ ਅੰਦਰ ਪਾਣੀ ਵੜ ਚੁੱਕਿਆ, ਔਰ ਇਸ ਤੋਂ ਪਹਿਲਾਂ ਵੀ ਇਸ ਤਰ੍ਹਾਂ ਦੇ ਹਾਲਾਤ ਬਣੇ ਸੀ ਔਰ ਪ੍ਰਸ਼ਾਸਨ ਦੇ ਅਧਿਕਾਰੀ ਪਹੁੰਚੇ ਸੀ। ਹੁਣ ਤਸਵੀਰਾਂ ਤੁਸੀਂ ਵੇਖੋ, ਘਰਾਂ ਦੇ ਅੰਦਰ ਪਾਣੀ ਵੜ ਚੁੱਕਿਆ ਔਰ ਕਾਫੀ ਦਿੱਕਤਾਂ ਜਿਹੜੀ ਹੈ ਉਹ ਜਿਹੜੇ ਰੈਸੀਡੈਂਟਸ ਨੇ ਉਹਨਾਂ ਨੂੰ ਸਾਹਮਣੇ ਆ ਰਹੀ ਹੈ, ਜਿਸ ਕਰਕੇ ਹੁਣ ਲੋਕੀ ਜਿਹੜੇ ਸਵੇਰ ਤੋਂ ਹੀ ਜਿਹੜਾ ਹੈਗਾ ਆਪਣੇ ਘਰਾਂ ਦੇ ਅੰਦਰ ਪਾਣੀ ਜਿਹੜਾ ਉਹ ਬਾਹਰ ਨਿਕਲਦੇ ਨਜ਼ਰ ਆ ਰਹੇ ਨੇ, ਕਿਉਂਕਿ ਥੋੜੀ ਜਿਹੀ ਬਰਸਾਤ ਹੋਈ ਔਰ ਇਸ ਤਰ੍ਹਾਂ ਦੇ ਹਾਲਾਤ ਜਿਹੜੇ ਹੈ ਉਹ ਇਸ ਏਰੀਆ ਦੇ ਵਿੱਚ ਬਣਦੇ ਨਜ਼ਰ ਆ ਰਹੇ ਨੇ। ਤਸਵੀਰਾਂ ਤੁਸੀਂ ਵੇਖੋ ਕਿ ਘਰਾਂ ਦੇ
ਅੰਦਰ ਤੋਂ ਪਾਣੀ ਜਿਹੜਾ ਉਹ ਨਿਕਾਲਦੇ ਨੇ, ਕਿਉਂਕਿ ਹੁਣ ਸਰਬਜੋਤ, ਕਿਉਂਕਿ ਇਹਨਾਂ ਵੱਲੋਂ ਸਾਫ਼ ਤੌਰ 'ਤੇ ਕਿਹਾ ਗਿਆ, ਡਿਪਟੀ ਕਮਿਸ਼ਨਰ ਨੂੰ ਵੀ ਇਹਨਾਂ ਵੱਲੋਂ ਮਿਲਿਆ ਗਿਆ, ਹਾਲਾਂਕਿ ਸਮਾਧਾਨ ਕਰਨ ਦੀ ਗੱਲ ਕੀਤੀ ਗਈ, ਲੇਕਿਨ ਹਾਲਾਤ ਇਹ ਨੇ ਕਿ ਹਜੇ ਵੀ ਕਿਸੇ ਤਰ੍ਹਾਂ ਦਾ ਕੋਈ ਸੁਧਾਰ ਜਿਹੜਾ ਉਹ ਨਹੀਂ ਸਾਹਮਣੇ ਆਇਆ। ਹੁਣ ਥੋੜ੍ਹੀ ਜਿਹੀ ਬਰਸਾਤ ਹੋਈ ਤਾਂ ਗੱਡੀਆਂ ਇੱਥੇ, ਫਾਇਰ ਦੀ ਗੱਡੀਆਂ, ਪਾਣੀ ਦੀ ਨਿਕਾਸੀ ਬਿਲਕੁਲ ਇੱਥੇ ਹੈ ਨਹੀਂ, ਜਿਸ ਕਰਕੇ ਇਸ ਤਰ੍ਹਾਂ ਦੀ ਵਾਟਰ ਲੋਗਿੰਗ ਉਹ ਸਾਹਮਣੇ ਆਉਂਦੀ ਹੈ ਔਰ ਪ੍ਰੋਬਲਮ ਹੈ ਲੋਕਾਂ ਨੂੰ, ਕਾਫੀ ਦਿੱਕਤਾਂ ਜਿਹੜੀਆਂ ਇਸ ਕਰਕੇ। ਆਂਟੀ ਜੀ ਤੁਹਾਡਾ ਵੀ ਇੱਥੇ? ਹਾਂਜੀ, ਸਾਡਾ ਇੱਧਰ ਮਕਾਨ ਆ, ਸਾਨੂੰ 30 ਸਾਲ ਹੋ ਗਏ ਭਾਈ ਉੱਤੇ, ਹਰ ਸਾਲ 3-4 ਵਾਰੀ ਪਾਣੀ ਵੜਦਾ। ਦੇਖੋ ਪਿਛਲੇ ਸਾਲ ਸਾਡੀ ਲੱਖਾਂ ਦਾ ਨੁਕਸਾਨ, ਹੁਣ ਜਾ ਕੇ ਦੇਖੋ ਇੰਨਾ ਪਾਣੀ ਬੜਿਆ ਪਿਆ। ਅਸੀਂ ਦੇਖੋ ਸਵੇਰ ਦਾ ਚਾਹ ਨਾ ਪਾਣੀ, ਅਸੀਂ ਗੰਦੇ ਪਾਣੀ, ਟੁੱਟੀਆਂ ਵਾਲੇ ਪਾਣੀ 'ਚ ਬੈਠੇ ਹਾਂ। ਦੱਸੋ ਸਾਡੀ ਕੀ ਹਾਲਤ ਹੈ, ਸਾਡੀ ਕੋਈ ਜ਼ਿੰਦਗੀ ਹੈ? ਅਸੀਂ 30-35 ਸਾਲ ਹੋ ਗਏ ਸੀ, ਆਹ ਦੇਖਦੇ ਇੱਥੇ ਸਾਰੇ MC ਕੋਈ ਕੁਛ ਨਹੀਂ ਕਰਦਾ, ਕੋਈ ਕੁਛ ਨਹੀਂ। ਅਸੀਂ ਸਾਰਿਆਂ ਨੂੰ ਕਹਿ ਕੇ ਦੁਖੀ ਹੋ ਗਏ, ਪਰੇਸ਼ਾਨ ਹੋ ਗਏ, ਸਾਡੇ ਕੋਈ ਨਹੀਂ ਸੁਣਦਾ ਹੈਗਾ। ਅਸੀਂ ਇੱਕੋ ਜਗ੍ਹਾ ਤੇ ਟੈਂਕ ਕੋਲ ਹੀ ਟਰੈਕਟਰ ਲਾ ਰੱਖਿਆ, ਉੱਥੇ ਹੀ ਫਾਇਰ ਬ੍ਰਿਗੇਡ ਦੇ, ਇੱਧਰ 24-22 ਦੇ ਬਲੋਕਾਂ ਵਾਲੇ ਪਾਸੇ ਕੋਈ ਜਨਰੇਟਰ ਨਹੀਂ, ਕੋਈ ਕੁਛ ਨਹੀਂ ਗਾ। ਇਹਨਾਂ ਨੂੰ ਕਈ ਵਾਰੀ ਆਖਿਆ, ਪਿਛਲੀ ਵਾਰੀ ਕਹਿੰਦੇ ਜੀ ਰਾਖੀ ਕੌਣ ਰੱਖੇਗਾ, ਉਹ ਰਾਖੀ ਰੱਖਣ ਦੀ ਸਾਡੀ ਜ਼ਿੰਮੇਵਾਰੀ। ਜਿਹੜਾ ਪਹਿਲੇ ਮੋਹਾਲੀ ਦਾ MC ਸੀ, ਜਿਹੜਾ MLA ਹੈ, ਉਹ ਮੋਹਾਲੀ ਦਾ MC ਇਸੀ ਏਰੀਆ ਸੀ, 10 ਫੇਸ 2 ਫੇਸ। ਇਹਦੀ ਮੇਨ ਕੀ ਹੈ ਕਿ ਜਿਹੜੀ ਲਾਈਨ ਹੈ, ਬੜੀ ਲਾਈਨ, ਯਹਾਂ ਸੇ ਸੀਧੇ ਮੰਦਿਰ ਕੇ ਸਾਥ ਕਿਨਾਰੇ ਕੇ ਨਾਲੇ ਮੇ ਡਾਲੀ ਜਾਏ, ਤਬ ਤੱਕ ਯਹਾਂ ਕਾ ਹੱਲ ਨਹੀਂ ਹੋ ਸਕਤਾ ਹੈ। ਹੱਲ ਨਹੀਂ ਹੋਗਾ ਜੀ, ਹਾਂਜੀ ਹਾਂਜੀ, ਲਾਈਨ ਨਹੀਂ ਜਬ ਤੱਕ ਡਲਤੀ। ਸਬਸੇ ਬੇਕਾਰ ਸਰਕਾਰ, ਆਮ ਆਦਮੀ ਪਾਰਟੀ, ਔਰ ਇਸਕੋ ਆਪ ਵੋਟ ਨਹੀਂ ਡਾਲੇਂਗੇ, ਸਭ ਬਾਈਕਾਟ ਕਰੇਂਗੇ। ਬਹੁਤ ਸਾਰੀ ਚੀਜ਼ਾਂ ਹੈ ਜਿਸ ਨੂੰ ਲੈ ਕੇ ਲੋਕਾਂ ਚ ਗੁੱਸਾ ਜਿਹੜਾ ਹੈ ਸਰਬਜੋਤ ਜ਼ਰੂਰ ਵੇਖਣ ਨੂੰ ਮਿਲ ਰਿਹਾ, ਕਿਉਂਕਿ ਘਰਾਂ ਦੇ ਅੰਦਰ ਪਾਣੀ ਵੱਧ ਚੁੱਕਿਆ, ਜਿਸ ਕਰਕੇ ਸਵੇਰ ਤੋਂ ਹੀ ਜਿਹੜੇ ਲੋਕ ਨੇ, ਜਿਹੜੇ ਰੈਸੀਡੈਂਟਸ ਨੇ, ਇਹਨਾਂ ਦਾ ਸਾਫ਼ ਤੌਰ ਤੇ ਕਹਿਣਾ ਕਿ ਘਰ ਚ ਸਵੇਰੇ ਤੱਕ ਕੋਈ ਕਿਸੇ ਤਰ੍ਹਾਂ ਦਾ ਕੋਈ ਖਾਣਾ ਨਹੀਂ ਖਾਇਆ, ਚਾਹ ਨਹੀਂ ਪੀਤੀ, ਬਸ ਸਵੇਰ ਤੋਂ ਹੀ ਇਸੇ ਤਰ੍ਹਾਂ ਦੇ ਜਿਹੜੇ ਹਾਲਾਤ ਨੇ ਉਹ ਬਣੇ ਹੋਏ ਨੇ। ਤਸਵੀਰਾਂ ਅਸੀਂ ਦੇਖ ਰਹੇ ਕਿ ਤੁਸੀਂ ਦੇਖੋ ਗਲੀਆਂ ਦੇ ਅੰਦਰ ਵੀ ਪਾਣੀ ਜਿਹੜਾ ਉਹ ਵੜਿਆ ਹੋਇਆ, ਜਿਸ ਕਰਕੇ ਲਗਾਤਾਰ ਇਹਨਾਂ ਦੀ ਮੀਟਿੰਗ ਹੋਈ ਪਹਿਲਾਂ ਵੀ, ਕਿ ਥੋੜੀ ਜਿਹੀ ਬਰਸਾਤ ਹੁੰਦੀ ਔਰ ਪਾਣੀ ਦਾ ਜਿਹੜਾ ਨਿਕਾਸੀ ਨਾ ਹੋਣ ਕਰਕੇ ਇਸ ਤਰ੍ਹਾਂ ਦੀ ਜਿਹੜੀ ਸਿਚੁਏਸ਼ਨ ਹੈ ਉਹ ਸਾਹਮਣੇ ਆਉਂਦੀ ਹੈ। ਅਦਾ ਕਿ ਕਦੇ ਕਦੇ ਨਾ ਕਿਤੇ ਬਹੁਤ ਜ਼ਿਆਦਾ ਦਿੱਕਤ ਹੈ। ਸਰ ਇਹ ਹਰ ਵਾਰ ਦਾ ਹੀ ਇਸੇ ਤਰ੍ਹਾਂ ਦੀ ਸਰ? ਇਹ ਹਰ ਵਾਰ ਇਸ ਸਾਲ ਤੋਂ ਦੋ ਵਾਰ ਪਾਣੀ ਭਰ ਚੁੱਕਾ, 2-3 ਵਾਰ ਪਾਣੀ ਭਰ ਚੁੱਕਾ ਘਰ ਦੇ ਅੰਦਰ। ਥੋੜੀ ਜਿਹੀ ਬਰਸਾਤ ਕਰਕੇ ਵੀ ਇੰਨਾ ਜ਼ਿਆਦਾ ਕੋਈ ਨਿਕਾਸੀ ਦਾ ਪ੍ਰਬੰਧ ਨਹੀਂ? ਨਿਕਾਸੀ ਕੋਈ ਪ੍ਰਬੰਧ ਨਹੀਂ, ਇੱਕ ਪੰਪ ਲਗਾਈ ਹੈ ਤਾਂ ਇੱਕ ਪੰਪ ਸੇ ਹੀ ਪਾਣੀ ਨਹੀਂ ਖਿੱਚ ਰਿਹਾ ਪੂਰਾ। ਤਾਂ ਇਹ ਟਾਈਮਿੰਗ ਲਾਇਆ, ਟਰੈਕਟਰ ਲਾਇਆ, ਟਰੈਕਟਰ ਵਾਲਾ ਜੋ ਹੈ ਖੜੇ ਖੜੇ ਪੇਮੈਂਟ ਲੈ ਰਿਹਾ ਹੈ, ਕੁਛ ਨਹੀਂ ਕਰ ਰਿਹਾ ਹੈ। ਅੱਛਾ, ਆਤਾ ਵੀ ਨਹੀਂ, ਕੁਛ ਦੇਖਤਾ ਵੀ ਨਹੀਂ, ਅੱਜ ਵੀ ਟਰੈਕਟਰ ਨਹੀਂ ਚਲਾ। ਆਪਕੇ ਘਰ ਮੇ ਸਾਰਾ ਪਾਣੀ? ਸਾਰੇ ਅੰਦਰ ਮੇਰੇ ਕਮਰੇ ਭਰੇ ਪੜੇ ਹੈ, ਇਹ ਬਣਨਾ ਤਾਂ ਹੈ, ਕਮਰੇ ਕੇ ਅੰਦਰ ਭਰਾ ਹੁਆ ਹੈ। ਸਾਮਾਨ ਸਮੂਨ ਸਾਮਾਨ ਵਿਕ ਗਿਆ, ਉਹ ਜੋ ਹੈ ਬੈਡ ਵਗੈਰਾ ਵਿਕ ਗਏ। ਬਿਲਕੁਲ, ਕਈ ਚੀਜ਼ਾਂ ਨੂੰ ਲੈ ਕੇ ਜਿਹੜਾ ਹੈਗਾ ਉਹ ਨੁਕਸਾਨ ਜਿਹੜਾ, ਹੁਣ ਇਹ ਪਰਿਵਾਰ ਜਿਹੜਾ ਹੈਗਾ ਉਹ ਪਾਣੀ 'ਚ ਡੁੱਬਿਆ ਹੋਇਆ, ਘਰ ਦੇ ਅੰਦਰ ਪਾਣੀ। ਦੇਖੋ ਸਰਬਜੋਤ, ਸਿਚੁਏਸ਼ਨ ਤੁਸੀਂ ਦੇਖੋ, ਹਾਲਾਤ ਤਸਵੀਰਾਂ ਤੁਹਾਡੇ ਸਾਹਮਣੇ ਨੇ ਕਿ ਕਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ। ਇਹ ਪੂਰਾ ਤੁਹਾਡਾ ਵੀ ਅੰਦਰ ਤੱਕ ਪਾਣੀ ਹੈ, ਇਹ ਤਸਵੀਰਾਂ ਜ਼ਰੂਰ ਬਿਆਨ ਕਰਦੀਆਂ ਕਿ ਪ੍ਰਸ਼ਾਸਨ ਕਿੰਨਾ ਕੁ ਇੱਥੇ ਜਿਹੜਾ ਹੈਗਾ ਉਹ ਲੋਕਾਂ ਵਾਸਤੇ, ਕਿਉਂਕਿ ਇਹਨਾਂ ਨੇ ਪਹਿਲਾਂ ਵੀ ਹਾਲਾਤ ਜਿਸ ਤਰ੍ਹਾਂ ਦੀ ਸਿਚੁਏਸ਼ਨ ਦੱਸੀ ਸੀ, ਪ੍ਰਸ਼ਾਸਨ ਨੇ ਜ਼ਰੂਰ ਦਾਅਵੇ ਕੀਤੇ ਸੀਗੇ ਕਿ ਬਹੁਤ ਸਾਰੀ ਚੀਜ਼ਾਂ ਜਿਹੜੀਆਂ ਉਹ ਕੀਤੀ ਜਾਣਗੀਆਂ, ਲੇਕਿਨ ਉਹਦੇ ਬਾਵਜੂਦ ਇਸ ਤਰ੍ਹਾਂ ਦੇ ਹਾਲਾਤ ਜਿਹੜੇ ਨੇ ਉਹ ਜ਼ਰੂਰ ਵੇਖਣ ਨੂੰ ਮਿਲ ਰਹੇ। ਹਾਲਾਂਕਿ ਥੋੜ੍ਹੀ ਜਿਹੀ ਬਰਸਾਤ ਹੋਈ ਹੈ, ਹੁਣ ਮੌਸਮ ਸਾਫ਼ ਹੋ ਚੁੱਕਿਆ, ਲੇਕਿਨ ਥੋੜ੍ਹੀ ਜਿਹੀ ਬਰਸਾਤ ਤੋਂ ਬਾਅਦ ਹੀ ਹਾਲਾਤ ਇਸ ਤਰ੍ਹਾਂ ਦੇ ਨੇ ਕਿ ਲੋਕਾਂ 'ਚ ਰੋਸ ਜਿਹੜਾ ਉਹ ਜ਼ਰੂਰ ਵੇਖਣ ਨੂੰ ਮਿਲ ਰਿਹਾ।